ਪੰਜਾਬ ਪੁਲਿਸ ਦੀ ਟੀਮ ਨੇ ਵੱਡੀ ਮਾਤਰਾ ਵਿੱਚ ਲਾਂਡ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਨਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਗੜ ਮੰਨੇ ਜਾਂਦੇ ਪਿੰਡ ਕਟਿਆਵਾਲੀ ਦੇ ਰਕਬੇ ਵਿੱਚ ਅਹਿਮ ਕਾਰਵਾਈ ਦੌਰਾਨ ਇੱਕ ਵਾਰ ਫਿਰ ਹਜ਼ਾਰਾਂ ਲੀਟਰ ਕੱਚੀ ਲਾਂਡ, ਸੈਂਕੜੇ ਬੋਤਲਾਂ ਸ਼ਰਾਬ ਦੇ ਦਰਜਨਾਂ ਚੱਲਦੀਆਂ ਭੱਠੀਆਂ ਦਾ ਸਮਾਨ ਬਰਾਮਦ ਕੀਤਾ ਗਿਆ। ਸੂਤਰਾਂ ਮੁਤਾਬਿਕ ਇਸ ਛਾਪਾਮਾਰੀ ਵਿੱਚ ਕੁੱਲ 24,000 ਲੀਟਰ ਕੱਚੀ ਲਾਂਡ, 200 ਬੋਤਲਾਂ ਸ਼ਰਾਬ ਅਤੇ ਸ਼ਰਾਬ ਤਿਆਰ ਕਰਨ ਵਾਲਾ ਸਮਾਨ ਬਰਾਮਦ ਹੋਇਆ। ਇਸ ਮਾਮਲੇ ਦਾ ਇੱਕ ਪਹਿਲੂ ਇਹ ਵੀ ਹੈ ਕਿ ਪਿਛਲੀਆਂ ਕਾਰਵਾਈਆਂ ਵਾਂਗ ਇਸ ਵਾਰ ਵੀ ਪੁਲਿਸ ਦੀ ਇਸ ਛਾਪਾਮਾਰੀ ਦੌਰਾਨ ਕੋਈ ਵੀ ਸਮਗਲਰ ਪੁਲਿਸ ਦੇ ਹੱਥੇ ਨਹੀਂ ਲੱਗ ਸਕਿਆ। ਪੁਲਿਸ ਅਧਿਕਾਰੀ ਨੇ ਅੱਜ ਦੀ ਕਾਰਵਾਈ ਦੌਰਾਨ ਸਿਰਫ ਹਜ਼ਾਰਾਂ ਲੀਟਰ ਲਾਂਡ ਅਤੇ ਦੇਸੀ ਸ਼ਰਾਬ ਬਰਾਮਦ ਕਰਕੇ 3 ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਹੀ ਹੈ।